झूला ही कह दें बड़ा शानदार जी रखिया देखो बेड स्पीकर लवाए बंद ਉਧਰ ਬੈ ਕੇ ਪੜਨਾ ਉਧਰ ਬੈ ਕੇ ਪੜ ਲਵੇ ਪਫੀਜ਼ ਨਾਲ ਦਿੱਤੀਆਂ ਹੋਈਆਂ ਨੇ ਇਧਰ ਦੋ ਪਫੀਜ਼ ਨੇ ਨਾਲ ਅੱਛਾ ਸਤਿ ਸ਼੍ਰੀ ਅਕਾਲ ਜੀ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਸਾਡੇ ਇੱਕ ਨਵੇਂ ਕੰਟੈਂਟ ਦੇ ਵਿੱਚ ਬਈ ਅਗਰ ਤੁਸੀਂ ਆਪਣੇ ਘਰ ਦੇ ਲਈ ਨਵਾਂ ਬੈੱਡ ਲੈਣਾ ਚਾਹੁੰਦੇ ਹੋ ਤੇ ਆਫਰ ਦੇ ਵਿੱਚ ਲੈਣਾ ਚਾਹੁੰਦੇ ਹੋ 15 ਦਿਨ ਦੀ ਆਫਰ ਦੇ ਲਈ ਲੈਣਾ ਚਾਹੁੰਦੇ ਹੋ 1 ਤਰੀਕ ਤੋਂ ਲੈ ਕੇ 15 ਤਰੀਕ ਤੱਕ ਤਾਂ ਇਹ ਵੀਡੀਓ ਤੁਹਾਡੇ ਲਈ ਬੇਹੱਦ ਖਾਸ ਹੋਣ ਵਾਲੀ ਹੈ ਕਿਉਂਕਿ ਬੈੱਡ ਦੇ ਨਾਲ ਜੀ ਗੱਦਾ ਫ੍ਰੀ ਹੋਣ ਲੱਗਾ ਆ ਅਸੀਂ ਹੈਗੇ ਜੀ ਲੁਧਿਆਣੇ ਦੇ ਵਿੱਚ ਤੇ ਲੁਧਿਆਣੇ ਦੇ ਵਿੱਚ ਮੇਰੇ ਨਾਲ ਸੰਦੀਪ ਬਾਈ ਜੀ ਰਹਿਣਗੇ ਪਹਿਲਾਂ ਵੀ ਕਈ ਵੀਡੀਓਜ਼ ਆਪਾਂ ਕੀਤੀਆਂ ਆ ਤੇ ਇਸ ਵੀਡੀਓ ਦੇ ਵਿੱਚ ਬਾਈ ਜੀ ਧਮਾਕਾ ਕਰਨ ਲੱਗੇ ਆ ਬਾਈ ਜੀ ਸਤਿ ਸ਼੍ਰੀ ਅਕਾਲ ਬਹੁਤ ਬਹੁਤ ਸਵਾਗਤ ਹੈ ਤੁਹਾਡਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ ਜੀ ਹੁਣ ਅਸੀਂ ਨਾ ਵੀਡੀਓ ਕੋਸ਼ਿਸ਼ ਕੀਤੀ ਹੈ ਜੇ ਤਾਂ ਇਕੱਠੀ ਕਲੱਬ ਕਰਦੇ ਤਾਂ ਵੀਡੀਓ ਬਹੁਤ ਲੰਮੀ ਬਣ ਜਾਣੀ ਸੀ ਅਸੀਂ ਹੁਣ ਐਪੀਸੋਡ ਚ ਵੀਡੀਓ ਬਣਾਉਣ ਲੱਗੇ ਆ ਸੋਫੇ ਦੀ ਵੀਡੀਓ ਬੱਡ ਬੈੱਡਾਂ ਦੀ ਅਲੱਗ ਡਾਇਨਿੰਗ ਦੀ ਅਲੱਗ ਅਲਮੀਰਾ ਦੀ ਅਲੱਗ ਹਾਂ ਠੀਕ ਹੈ ਨਾ ਜੀ ਹੁਣ ਤੁਹਾਨੂੰ ਚਾਨਣਾ ਪਾ ਦਈਏ ਜਿਹੜੀ ਗੱਲ ਮੇਨ ਆ ਜਿਹੜਾ ਅੱਜ ਧਮਾਕਾ ਲੈ ਕੇ ਆਏ ਆ 13,999 ਰੁਪਏ ਦੇ ਬੈੱਡ ਨਾਲ 5,000 ਦਾ ਗੱਦਾ ਫ੍ਰੀ ਆ ਫ੍ਰੀ ਆ 7 ਸਾਲ ਦੀ ਉਹਦੀ ਗਾਰੰਟੀ ਆ ਘੁਣ ਦੀ ਤੇ ਟੁੱਟ ਭੱਜ ਦੀ ਗਾਹਕ ਦੀ ਸੰਭਾਲ ਆ ਬੈੱਡ ਦੀ ਬੈੱਡ ਦੀ ਹਰ ਇੱਕ ਬੈੱਡ ਦੀ 7 ਸਾਲ ਦੀ ਸਾਡੀ ਗਾਰੰਟੀ ਆ ਜੀ ਅੱਛਾ ਜੀ 50,000 ਦੇ ਮਾਲ ਤੇ FOR ਆ ਹੁਣ ਪਹਿਲੀ ਵਾਰੀ ਅਸੀਂ ਸਿਰਫ 20,000 USA ਡਾਲਰ ਇੰਡੀਅਨ ਦੇ 15 ਲੱਖ ਰੁਪਏ ਦਾ 40 ਫੁੱਟੇ ਕੰਟੇਨਰ ਦੀ ਕਿਹੜਾ ਪਰਚੇਜ ਕਰੂਗਾ ਨਿਊਜ਼ੀਲੈਂਡ ਆਸਟ੍ਰੇਲੀਆ ਕੈਨੇਡਾ ਅਮਰੀਕਾ ਜਿੱਥੋਂ ਦਾ ਵੀ ਇੰਗਲੈਂਡ ਬੰਦੇ ਨੇ ਲਿਜਾਣਾ ਉਹਦੀ ਟ੍ਰਾਂਸਪੋਰਟ ਨਹੀਂ ਦੇਣੀ ਅੱਛਾ ਜੀ ਸਿਰਫ 5% ਪੈਕਿੰਗ ਚਾਰਜ ਤੁਸੀਂ ਦੇਣੇ ਆ ਜੀ ਤੇ ਜਿਹੜੀ ਪੋਰਟ ਡਿਊਟੀ ਆ ਉੱਥੇ ਜਾ ਕੇ ਅਸੀਂ ਤੁਹਾਨੂੰ ਪੋਰਟ ਤੇ ਡਿਲੀਵਰੀ ਦੇ ਦੇਣੀ ਆ ਪੋਰਟ ਦੀ ਡਿਲੀਵਰੀ ਤੋਂ ਬਾਅਦ ਜਿਹੜਾ ਖਰਚਾ ਉਹਦੇ ਘਰ ਦਾ ਇੱਕ ਤਾਂ ਉਹਦਾ ਹੋਏਗਾ ਕਸਟਮਰ ਦਾ ਠੀਕ ਹੈ ਜੀ ਕਈ ਜਗ੍ਹਾ ਤੇ ਐਕਸਾਈਜ਼ ਡਿਊਟੀ ਹੈਗੀ ਆ ਕਈ ਕੰਟਰੀਆਂ ਨਹੀਂ ਲੈਂਦੀਆਂ ਸਾਡੇ ਪ੍ਰਧਾਨ ਮੰਤਰੀ ਜੀ ਦਾ ਇਹ ਵਾਅਦਾ ਸੀ ਕਿ ਮੇਕਿੰਗ ਇੰਡੀਆ ਬਣਾਉਣਾ ਦੇਖੋ ਜੀ ਅਸੀਂ 40% ਇੱਕ ਲੈਸ 5 ਤੋਂ ਲੈ ਕੇ 30% ਐਕਸਟਰਾ ਲੈਸ ਦੇਤੀ ਉਸ ਤੋਂ ਬਾਅਦ ਫ੍ਰੀ ਡਿਲੀਵਰੀ ਦੇਤੀ 40 ਫੁੱਟੇ ਕੰਟੇਨਰ ਦੀ ਮੇਕਿੰਗ ਇੰਡੀਆ ਵੀਰ ਜੀ ਤਾਂ ਹੀ ਬਣੂਗਾ ਜੇ ਦੁਕਾਨਦਾਰ ਵੀ ਸੱਚ ਤੇ ਚੱਲੂ ਮੈਂ ਸੰਦੀਪ ਬਾਈ ਜੀ ਤੁਹਾਨੂੰ ਇੱਕ ਮਿੰਟ ਲਈ ਰੋਕੂਗਾ ਕਿ ਜਿਹੜੀ ਫ੍ਰੀ ਡਿਲੀਵਰੀ ਵਾਲੀ ਆਪਸ਼ਨ ਆ ਵੀ ਹਨਾ ਬਾਹਰ ਆਪਾਂ ਬੈਠੇ ਵੀ ਫ੍ਰੀ ਡਿਲੀਵਰੀ ਦੇ ਵਿੱਚ ਸੋਫਾ ਮੰਗਾ ਸਕਦੇ ਹਾਂ ਉਹ ਕਿੰਨੇ ਤਰੀਕ ਤੋਂ ਲੈ ਕੇ ਕਿੰਨੇ ਤਰੀਕ ਤੱਕ ਹੋਊਗੀ ਜੀ ਇਹ ਉਹ 1/9/2023 ਹਾਂ ਤੇ 1/15/2023 ਸਿਰਫ ਓਨਲੀ 15 ਦਿਨ ਲਈ ਆ ਵੀਰ ਜੀ ਇਹ 15 ਦਿਨ ਦੇ ਲਈ ਚਾਹੇ ਬੁਕਿੰਗ ਕਰਾ ਲਓ ਚਾਹੇ ਬੰਦਾ ਕਰਾ ਲਵੇ ਉਹ ਅਗਲਾ ਕਹਿੰਦਾ ਪਤਾ ਨਹੀਂ ਕਿੰਨੇ ਕ ਮਾਰਜਨ ਨਾਲ ਦੇਖੋ ਮੈਂ ਕਹਿੰਦਾ ਸਾਡਾ ਬੈੱਡ ਆ PU2K ਪੇਂਟ ਹੋਇਆ 6.5 ਫੁੱਟਾ ਪੌਣੀ ਚ ਪਲਾਈ ਘਰੇ ਕਾਰਪੈਂਟਰ ਲਾ ਲਵੇ ਸਾਡਾ ਪਲਾਈਵੁੱਡ ਦਾ ਵੀ ਕੰਮ ਆ ਅਸੀਂ ਦਿਖਾ ਦਿਆਂਗੇ ਹੁਣ ਪ੍ਰਧਾਨ ਮੰਤਰੀ ਜੀ ਦਾ ਤੇ ਮੁੱਖ ਮੰਤਰੀ ਦਾ ਵਾਅਦਾ ਵੀ ਆਪਾਂ ਆਪਣੇ ਦੇਸ਼ ਨੂੰ ਤਰੱਕੀ ਦੇ ਰਾਹ ਤੇ ਲਿਜਾਣਾ ਸਾਨੂੰ ਬਚੇ ਨਾ ਬਚੇ ਕੁਛ ਸਾਡਾ ਮਾਲ ਵਧੀਆ ਇਹ ਹੁਣ ਕੰਪੀਟੀਸ਼ਨ ਸਾਡਾ ਲੋਕਲ ਲੈਵਲ ਤੇ ਰਹਿ ਗਿਆ ਕੰਟਰੀ ਲੈਵਲ ਤੇ ਸਾਡਾ ਕੰਪੀਟੀਸ਼ਨ ਹੋ ਗਿਆ ਠੀਕ ਹੈ ਜੇ ਅਸੀਂ ਆਪਦੇ ਮਾਰਜਨ ਛੱਡਾਂਗੇ ਬੰਦਿਆਂ ਦਾ ਭਰੋਸਾ ਦਿੱਤਾਂਗੇ ਮਾਲ ਵਧੀਆ ਦਵਾਂਗੇ ਤਾਂ ਹੀ ਫੇਤ ਕਰਕੇ ਬੰਦਾ ਹੋਰ ਕੰਟਰੀਆਂ ਤੋਂ ਛੱਡ ਕੇ ਸਾਡੀ ਇੰਡੀਅਨ ਕੰਟਰੀ ਤੋਂ ਮਾਲ ਬੰਦਾ ਲਿਜਾਊਗਾ ਸੰਦੀਪ ਬਾਈ ਜੀ ਕਿੰਨੇ ਰੁਪਏ ਤੋਂ ਵੀ ਸਟਾਰਟਿੰਗ ਹੋ ਜਾਂਦੀ ਹੈ ਬੈੱਡ ਦੇ ਵਿੱਚ ਤੇ ਆਫਰ ਬੈੱਡ ਜੀ ਸਾਡਾ 13,000 ਤੋਂ ਸ਼ੁਰੂ ਆ ਜੀ 12,999 ਬਾਬੇ ਨਾਨਕ ਦੀਆਂ 13,000 ਰੁਪਇਆ ਉਦੋਂ ਉੱਪਰ ਸਾਡੇ ਕੋਲ ਬੈੱਡ 1.25 ਲੱਖ ਤੇ ਪ੍ਰੈਜੈਂਟ ਹੁੰਦਾ ਠੀਕ ਹੈ ਬਾਕੀ ਜਿਹੜਾ ਮਰਜ਼ੀ ਡਿਜ਼ਾਈਨ ਦੇ ਦਿਓ ਜਿੰਨਾ ਮਰਜ਼ੀ ਟਰਾਲੀ ਵਾਲਾ ਬੈੱਡ ਸ਼ੋਕਰ ਵਾਲਾ ਬੈੱਡ ਜਿੱਦਾਂ ਮਰਜ਼ੀ ਸ਼ੋਕਰ ਵਾਲਾ ਬੈੱਡ ਦਾ ਸਿਰਫ ਕੋਸਟ ਜਿਹੜਾ ਇਬਕੋ ਦਾ ਸ਼ੋਕਰ ਆ ਭਾਈ ਇਹਦਾ ਹਾਂ ਵੀ ਸ਼ੋਕਰ ਵਾਲਾ ਬੈੱਡ ਜਿਹੜੀ ਇਬਕੋ ਦਾ ਕੋਸਟ ਹੈਗੀ ਸਿਰਫ ਸ਼ੋਕਰ ਦੀ 2500 ਰੁਪਇਆ ਵੀ ਜੀ ਅੱਛਾ ਜੀ ਅਸੀਂ 2500 ਐਕਸਟਰਾ ਲੈਨੇ ਆ ਚਾਹੇ 13,000 ਤੇ ਸ਼ੋਕਰ ਲਵਾ ਲਓ ਚਾਹੇ 50,000 ਤੇ ਲਵਾ ਲਓ ਚਾਹੇ ਲੱਖ ਵਾਲੇ ਤੇ ਲਵਾ ਲਓ ਜਿੱਤੇ ਮਰਜ਼ੀ ਲਵਾ ਲਓ ਇਬਕੋ ਕੰਪਨੀ ਦਾ LI ਦਾ ਜੀ ਵੀ ਆਰਾਮ ਨਾਲ ਤੁਸੀਂ ਹੈ ਨਾ ਵੀ ਅਗਰ ਤੁਸੀਂ ਦੇਖੋ ਤਾਂ ਇੱਕ ਹੱਥ ਦੇ ਨਾਲ ਵੀ ਹਨਾ ਬੰਦਾ ਸਾਰਾ ਪੋਣੀ ਹੈ ਪਲਾਈ ਚਾ ਕਿਸੇ ਨੇ ਜਦਾਂ ਆਪਾਂ ਸਮਾਨ ਰੱਖਦੇ ਆ ਹੁਣ ਇਹ ਕਹਿਣ ਦੀ ਕਿਸੇ ਨੂੰ ਲੋੜ ਹੈ ਨਹੀਂ ਬਾਈ ਫੜ ਕੇ ਰੱਖੀ ਹੈ ਛੱਡੀ ਨਾ ਵੀ ਤੁਸੀਂ ਦੇਖੋ ਤਾਂ ਸ਼ੌਕਰ ਜਿਹੜੇ ਆ ਉਹ ਈਜ਼ੀਲੀ ਭਾਰ ਚੱਕ ਸਕਦੇ ਆ
ਤੇ ਆਰਾਮ ਦੇ ਨਾਲ ਤੁਸੀਂ ਓਪਨ ਤੇ ਕਲੋਜ਼ ਇਹ ਕਰ ਸਕਦੇ ਹੋ 13,995 ਦਾ ਗੱਦਾ ਫ੍ਰੀ ਆ ਗੱਦੇ ਦੀ ਗਰੰਟੀ 365 ਦੇ ਦੀ ਆ ਹਾਂ ਬੈੱਡ ਦੀ ਗਰੰਟੀ 7 ਸਾਲ ਦੀ ਆ ਠੀਕ ਹੈ ਇਹਦੇ ਥੱਲੇ ਕੋਈ ਡੰਡੇ ਨਹੀਂ ਪਾਏ ਸਾਰੇ ਬੰਦੇ ਵਿੱਚ ਕਢਾ ਦਿਓ ਬੈੱਡ ਟੁੱਟ ਗਿਆ ਸਾਡਾ ਕਿਸੇ ਦਾ ਮਨ ਚ ਵਹਿਮ ਹੋ ਜਾਂਦਾ ਯਾਰ ਪਤਾ ਨਹੀਂ ਮਾਲ ਮਾੜਾ ਲਾਉਂਦੇ ਆ ਕੁਝ ਕਰਦੇ ਆ ਨਿਸ਼ਚਿੰਤ ਰਹੋ ਮਿਸਤਰੀ ਲਿਓ ਨਾਲ ਚੈੱਕ ਕਰਾ ਲਓ ਹੁਣ ਦੱਸਦਾ ਤੁਹਾਨੂੰ ਜਿਹੜਾ ਅਸੀਂ ਬਾਹਰਲੀ ਕੰਟਰੀ ਚ ਮਾਲ ਭੇਜਾਂਗੇ ਜਿੱਦੇ ਪੈਕਿੰਗ ਹੋਣੀ ਹੈ ਬੰਦਾ ਉਹ ਆਪਦਾ ਅਸੀਂ ਕੈਮਰੇ ਦਾ ਲਾਈਵ ਪੈਕਿੰਗ ਤੋਂ ਅਗਲੇ ਨੂੰ ਕਸਟਮਰ ਨੂੰ ਲਿੰਕ ਭੇਜ ਦੇਈਦਾ ਬੰਦਾ ਆਪਦੇ ਮੋਬਾਈਲ ਦੇ ਵਿੱਚ ਹੀ ਸਾਰਾ ਕੁਛ ਆਪਦਾ ਸਮਾਨ ਪੈਕਿੰਗ ਦਾ ਦੇਖ ਸਕਦਾ ਵੀ ਜਿਹੜੀ ਚੀਜ਼ ਮੈਨੂੰ ਦਿਖਾਈ ਆ ਉਹ ਦਿਖਾਏਗਾ ਠੀਕ ਹੈ ਨਾ ਉਹ ਲਿੰਕ ਅਸੀਂ ਸ਼ੇਅਰ ਕਸਟਮਰ ਨੂੰ ਕਰ ਦੇਈਦਾ ਉਹਨੂੰ ਸਾਰਾ ਕੰਟੇਨਰ ਲੋਡ ਹੁੰਦਾ ਲਾਈਵ ਸਾਰਾ ਪ੍ਰੋਸੈਸ ਲਾਈਵ ਆ ਕੋਈ ਝੂਠ ਨੀ ਕੋਈ ਚਲਾਕੀ ਨੀ ਕੋਈ ਠੱਗੀ ਨੀ ਬਲਟ ਕਸਟਮਰ ਦਾ ਬੈੱਡ ਬੰਦਾ 3 ਲੱਖ ਵਾਲਾ ਬਣਾਵੇ ਬੈੱਡ ਬੰਦਾ 30,000 ਵਾਲਾ ਬਣਾਵੇ ਬੈੱਡ ਬੰਦਾ 13,000 ਹਰ ਬੰਦੇ ਚਾਹੇ ਮਾਰਜਨ ਲਈਦਾ ਮਾਰਜਨ ਲਈਦਾ ਜਾਇਜ਼ ਜੋ ਕਹੀਦਾ ਉਹ ਦੇਈਦਾ ਠੀਕ ਹੈ ਜੀ ਤੇ ਬੈੱਡ ਦੀ ਵੀ ਜਿਹੜੀ ਜਾਣਕਾਰੀ ਉਹ ਆਪਣੇ ਵਟਸਐਪ ਕੈਟਲੌਗ ਦੇ ਉੱਤੇ ਸਾਰਾ ਕੁਝ ਆ ਜੀ ਇੰਸਟਾਗ੍ਰਾਮ ਦਾ ਲਿੰਕ ਖੋਲੋ ਸਾਰਾ ਕੁਝ ਤੁਹਾਨੂੰ ਮਿਲਣਾ ਡਿਜ਼ਾਈਨ ਮੈਂ ਤੁਹਾਨੂੰ ਦਿਖਾ ਦਿੰਦਾ ਆ ਜਿਹੜਾ ਡਿਜ਼ਾਈਨ ਤੁਹਾਨੂੰ ਪਸੰਦ ਆਂਦਾ ਹੈ ਉਹਦਾ ਸਕਰੀਨਸ਼ਾਟ ਲੈ ਕੇ ਨੰਬਰ ਆਪਾਂ ਡਿਸਪਲੇ ਕਰ ਰਹੇ ਆ ਸੰਦੀਪ ਬਾਈ ਜੀ ਤੇ ਇਹਨਾਂ ਦੀ ਜਿਹੜੀ ਟੀਮ ਹੈ ਵੀ ਉਹਨੂੰ ਉਹਨਾਂ ਨੂੰ ਵੀ ਤੁਸੀਂ ਹਨਾ ਵੀ ਉਹ ਡਿਜ਼ਾਈਨ ਜਿਹੜਾ ਉਹ ਤੁਹਾਨੂੰ ਤੁਸੀਂ ਭੇਜ ਸਕਦੇ ਹੋ ਆਪਣਾ ਸਕਰੀਨਸ਼ਾਟ ਲੈ ਕੇ ਤੇ ਉਹਦੀ ਜਾਣਕਾਰੀ ਜਿਹੜੀ ਹੈ ਉਹ ਤੁਹਾਨੂੰ ਅਵੇਲੇਬਲ ਹੋ ਜੂਗੀ ਇਹ ਮੈਂ ਤੁਹਾਨੂੰ ਚੱਲਦੇ ਚੱਲਦੇ ਵੀ ਜਿਹੜੇ ਡਿਜ਼ਾਈਨ ਆ ਉਹ ਅਵੇਲੇਬਲ ਇੱਥੇ ਉਹ ਮੈਂ ਤੁਹਾਨੂੰ ਦਿਖਾ ਰਹੇ ਆ ਜਿੱਦਾਂ ਇਸ ਪਾਸੇ ਵੀ ਤੁਸੀਂ ਦੇਖ ਸਕਦੇ ਹੋ ਤੇ ਨਾਲ ਦੇ ਨਾਲ ਵੀ ਇਹ ਵੀ ਇੱਕ ਕਾਫੀ ਸੋਹਣਾ ਡਿਜ਼ਾਈਨ ਜਿਹੜਾ ਉਹ ਅਵੇਲੇਬਲ ਹੋ ਸਕਦਾ ਆ ਤੇ ਜਿਹੜੇ ਵਾਰੰਟੀ ਗਰੰਟੀ ਹੈ ਜੀ ਆਪਣੀ ਉਹ ਸਾਰੇ ਬੈੱਡ ਦੇ ਉੱਤੇ ਹੀ ਆ ਵਾਰੰਟੀ ਸਭ ਦੇ ਬਰਾਬਰ ਸਾਰਿਆਂ ਵਾਸਤੇ ਬਰਾਬਰ ਹੈ ਜੀ ਅੱਛਾ ਜੀ ਕੋਈ ਗਰੰਟੀ ਹੈ ਟੁੱਟ ਭੱਜਦੀ ਨਹੀਂ ਹੈ ਗਰੰਟੀ ਕੋਈ ਵੀ ਹਾਂ ਹਾਂ ਤੇ ਆਪਣੇ ਕੋਲ ਬੈੱਡ ਦੇ ਨਾਲ ਅਗਰ ਤੁਸੀਂ ਆਪਣੇ ਗਾਰਡਨ ਦੇ ਵਿੱਚ ਜਾਂ ਬਾਲਕਨੀ ਦੇ ਵਿੱਚ ਹਨਾ ਵੀ ਤੁਸੀਂ ਇਦਾਂ ਦਾ ਇੱਕ ਇਹਨੂੰ ਇਹਨੂੰ ਐਗਜ਼ੈਕਟ ਕੀ ਕਹਿੰਦੇ ਇਹ ਝੂਲਾ ਕਹਿੰਦੇ ਸੀ ਅੱਛਾ ਝੂਲਾ ਹੀ ਕਹਿ ਦਿੰਦੇ ਆਊਟਡੋਰ ਵੀ ਰੱਖ ਸਕਦੇ ਆ ਜੀ ਇਨਡੋਰ ਰੱਖ ਸਕਦੇ ਆ ਆਪਾਂ ਜੀ ਠੀਕ ਹੈ ਜੀ ਤੇ ਇਹਦੇ ਵਿੱਚ ਇਹ ਫੋਮ ਹੋ ਜਾਂਦੀ ਹੈ ਜੀ ਇਹ ਫੋਮ ਪਈ ਹੈ ਜੀ ਗੱਦੀ ਨਾਲ ਹੈ ਫ੍ਰੀ ਇਹਦੇ ਵਿੱਚ ਜੀ ਅੱਛਾ ਜੀ ਤੇ ਇਹਦੀ ਕੋਈ ਵਾਰੰਟੀ ਗਰੰਟੀ ਹੁੰਦੀ ਹੈ ਜੀ ਭਾਜੀ 130 ਕਿਲੋ ਤੱਕ ਬੰਦਾ ਬਹਿ ਸਕਦਾ ਇਹਦੇ ਵਿੱਚ ਇਹਦੇ ਅੱਛਾ ਜੀ ਹਾਂ ਜੀ ਠੀਕ ਹੈ ਜੀ 130 ਕਿਲੋ ਤੱਕ ਦੇ ਹਨਾ ਜਿਹੜੇ ਹੁੰਦੇ ਆ ਬਈ ਆਪਣੇ ਉਹ ਇੱਥੇ ਇਹਦੇ 'ਚ ਬਹਿ ਸਕਦੇ ਆ ਤੇ ਕੁਛ ਇਸ ਹਿਸਾਬ ਦੇ ਨਾਲ ਵੀ ਹਨਾ ਤੁਸੀਂ ਦੇਖੋ ਤੇ ਤੁਹਾਨੂੰ ਡਿਜ਼ਾਈਨ ਦੇ ਵਿੱਚ ਆਪਸ਼ਨ ਮਿਲ ਜਾਏਗਾ ਤੇ ਕਾਲਿੰਗ ਦਾ ਜੀ ਬੈਸਟ ਟਾਈਮ ਕੀ ਹੋਊਗਾ ਕਦੋਂ ਤੁਹਾਨੂੰ ਆਪਾਂ ਕਾਲ ਕਰਕੇ ਜਾਣਕਾਰੀ ਦੇਣੀ 9 ਵਜੇ ਤੋਂ ਬਾਅਦ ਰਾਤੀ 8 ਵਜੇ ਤੋਂ ਪਹਿਲਾਂ ਅੱਛਾ ਜੀ ਜਦੋਂ ਮਰਜ਼ੀ ਕਰ ਸਕਦੇ ਸਵੇਰੇ ਤੇ ਵਰਕਿੰਗ ਵੀ 7 ਤੇ 7 ਦਿਨ ਤੇ ਮਹੀਨੇ ਦੇ ਵਿੱਚ ਸਾਰੇ ਦਿਨ ਵੀ ਆਪਾਂ ਕੰਮ ਕਰਦੇ ਆ ਜੀ ਸੰਡੇ ਨੂੰ 6 ਵਜੇ ਤੱਕ ਹੁੰਨੇ ਆ ਅਸੀਂ ਅੱਛਾ ਬਾਕੀ ਦਿਨ 8 ਵਜੇ ਤੱਕ ਹੁੰਨੇ ਆ 8 ਵਜੇ ਤੱਕ ਹੁੰਨੇ ਆ ਤੇ ਉਸ ਤੋਂ ਬਾਅਦ ਇਹ ਕਿਹੜਾ ਬੜਾ ਸ਼ਾਨਦਾਰ ਜੀ ਰੱਖਿਆ ਤੁਸੀਂ ਇਹ ਤਾਂ ਡਿਜ਼ਾਈਨ ਵੀ ਬੜਾ ਘੈਂਟ ਹੈ ਮਿਊਜ਼ਿਕ ਬੈੱਡ ਹੈ ਜੀ ਇਹ ਅੱਛਾ ਇਹ ਮਿਊਜ਼ਿਕ ਬੈੱਡ ਹੈ ਹਾਂ ਜੀ ਹਾਂ ਜੀ ਅੱਛਾ ਜੀ ਸੁਣ ਸਕਦੇ ਹੋ ਅੱਛਾ ਅੱਛਾ ਇਹਦੇ 'ਚ ਤੁਸੀਂ ਦੇਖੋ ਬੈੱਡ ਦੇ ਵਿੱਚ ਸਪੀਕਰ ਲਵਾਏ ਹੋਏ ਆ ਸਪੀਕਰ ਲੱਗੇ ਹੋਏ ਨੇ ਜੀ ਅੱਛਾ ਬੱਚੇ ਨੇ ਪੜਨਾ ਇਹਨੂੰ ਖੋਲ ਲਵੇ ਬੰਦਾ ਉਧਰ ਬਹਿ ਕੇ ਪੜਨਾ ਉਧਰ ਬਹਿ ਕੇ ਪੜ ਲਵੇ ਕਾਫੀਜ਼ ਨਾਲ ਦਿੱਤੀਆਂ ਹੋਈਆਂ ਨੇ ਇਧਰ ਦੋ ਕਾਫੀਜ਼ ਨੇ ਨਾਲ ਅੱਛਾ ਆ ਥੱਲੇ ਦੋ ਦਰਾਜ ਦਿੱਤੇ ਨੇ ਨਾਲ ਆਪਾਂ ਬਹਿਣ ਵਾਸਤੇ ਸਮਾਨ ਰੱਖਣ ਵਾਸਤੇ ਅੱਛਾ ਇਹਦੇ 'ਚ ਇੱਥੇ ਵੀ ਤੁਸੀਂ ਹਨਾ ਵੀ ਅਗਰ ਤੁਸੀਂ ਦੇਖੋ ਵੀ ਇੱਥੇ ਵੀ ਤੁਸੀਂ ਸਮਾਨ ਜਿਹੜਾ ਉਹ ਰੱਖ ਸਕਦੇ ਹੋ ਅੱਗੇ ਵੀ ਸਟੋਰੇਜ ਹੈਗੀ ਨਾਲ ਇਹਦੇ ਇਹਨੂੰ ਚੱਕੋਗੇ ਅੱਗੇ ਵੀ ਸਟੋਰੇਜ ਆ ਦੇਖੋ ਇਹਦੇ 'ਚ ਅੱਛਾ ਅੱਛਾ ਇੱਧਰ ਵੀ ਹਨਾ ਵੀ ਤੁਹਾਨੂੰ ਤੇ ਤੁਸੀਂ ਬੈਠਣਾ ਚਾਹੋ ਇਹਦੇ ਤੇ ਤੁਸੀਂ ਬਹਿ ਵੀ ਸਕਦੇ ਹੋ ਆਰਾਮ ਨਾਲ ਹਾਂ ਦੋ ਬੰਦੇ ਬਹਿ ਕੇ ਆਰਾਮ ਨਾਲ ਗੱਲਬਾਤ ਵੀ ਕਰ ਸਕਦੇ ਆ ਠੀਕ ਹੈ ਵੀ ਅਗਰ ਤੁਸੀਂ ਸ਼ੂ ਵਗੈਰਾ ਆਪਣੇ ਲੇਜ਼ਸ ਬੰਨੇ ਆ ਉਹਦੇ ਲਈ ਵੀ ਤੁਹਾਨੂੰ ਹਨਾ ਵਧੀਆ ਇੱਕ ਕੰਫਰਟ ਇਹਨੂੰ ਮਿਲ ਜਾਂਦਾ ਇਹ ਬੈੱਡ ਨੂੰ ਕਹਿੰਦੇ ਕੀ ਹੈ ਜੀ ਆਪਣਾ ਭਾਈ 뮤직 ਬੈੱਡ ਹੀ ਕਹਿੰਦੇ ਆ ਨੂੰ ਜੀ 뮤직 ਬੈੱਡ ਹੀ ਕਹਿ ਦਿੰਨੇ ਆ ਤੇ ਸਪੀਕਰ ਜਿੱਦਾਂ ਤੁਹਾਨੂੰ ਮੈਂ ਦੱਸਿਆ ਬਈ ਦੋ ਸਪੀਕਰ ਇਹਦੇ ਵਿੱਚ ਹਨਾ ਤੁਸੀਂ ਦੇਖੋਗੇ ਤੇ ਇਹ ਮੋਬਾਈਲ ਚਾਰਜਰ ਲੱਗਾ ਹੋਇਆ ਵਿੱਚ ਇਹਦੇ ਅੱਛਾ ਇਹਦੇ 'ਚ ਹੀ ਮੋਬਾਈਲ ਲਾ ਸਕਦੇ ਹਾਂ ਚਿੱਪ ਲਾ ਸਕਦੇ ਹਾਂ ਆਪਾਂ ਅੱਛਾ ਜੀ ਠੀਕ ਹੈ ਇਹਦਾ ਸਾਈਜ਼ ਕਿੰਨਾ ਹੋ ਜਾਂਦਾ ਹੈ ਜੀ ਇਹ ਭਾਈ 9x9 ਲੱਗੂਗਾ ਬੈੱਡ ਇਹ ਅੱਛਾ 9x9 ਦੇ ਹਨਾ ਵੀ ਸਾਈਜ਼ ਦੇ ਵਿੱਚ ਇਹ ਬੈੱਡ ਲੱਗੂਗਾ ਤੇ ਅਗਰ ਤੁਸੀਂ ਇਸ ਪਾਸੇ ਦੇਖੋ ਤੇ ਇਸ ਪਾਸੇ ਵੀ ਇਹ ਕਿਹੜੀ ਲੱਕੜ ਹੋ ਜਾਂਦੀ ਹੈ ਜੀ ਇਹਦੇ ਬਾਰੇ ਸ਼ੀਸ਼ਮ ਵੁੱਡ ਲੱਗੀ ਸਾਰੀ ਜੀ ਸ਼ੀਸ਼ਮ ਵੁੱਡ ਹੈ ਇਹ ਹਾਂ ਜੀ ਠੀਕ ਹੈ ਜੀ ਇਹਦੀ ਕਿੰਨੀ ਵਾਰੰਟੀ ਵਗੈਰਾ ਦਿੰਦੇ ਹੋ ਗਰੰਟੀ ਦਿੰਦੇ ਹੋ ਗਰੰਟੀ ਹੋਈ ਹੈ 7 ਸਾਲ ਦੀ ਸਾਰਿਆਂ ਦੀ ਅੱਛਾ ਜੀ ਤੇ ਇਹ ਸ਼ੀਸ਼ਮ ਦੇ ਵਿੱਚ ਹੈਗਾ ਤੇ ਡਿਜ਼ਾਈਨ ਕੁਝ ਇਸ ਹਿਸਾਬ ਦੇ ਨਾਲ ਅਸੀਂ ਤੁਹਾਨੂੰ ਦਿਖਾ ਹੀ ਰਹੇ ਆ ਇੱਕ ਇਹ ਵੀ ਡਿਜ਼ਾਈਨ ਡੀਕੋ ਵਿੱਚ ਹੈ ਜੀ ਅੱਛਾ ਜੀ ਇਹ ਆ ਵਾਲਾ ਡੀਕੋ ਚ ਹੈ ਅੱਛਾ ਹਾਂਜੀ ਇਹਦੀ ਕੀ ਜਾਣਕਾਰੀ ਹੋ ਜਾਂਦੀ ਹੈ ਜੀ ਥੋੜਾ ਜਿਹਾ ਤੁਸੀਂ ਦੱਸੋ ਇਹ ਸਰ ਡੀਕੋ ਪਲਾਈ ਵਿੱਚ ਬਣ ਕੇ ਪੂਣੀ ਚ ਪਲਾਈ ਦੇ ਉੱਪਰ ਅੱਛਾ ਜੀ ਵਿਨੀਅਰ ਲਾ ਕੇ ਉਸ ਤੋਂ ਬਾਅਦ ਆਪਾਂ ਇਹਨੂੰ ਡੀਕੋ ਕੀਤਾ ਹੋਇਆ ਜੀ ਠੀਕ ਹੈ ਜੀ ਕਿਉਂਕਿ ਪੇਂਟ ਹੋਇਆ ਸਾਰੇ ਉੱਪਰ ਹਾਂ ਹਾਂ ਕੋਈ ਰੰਗ ਪੀਲਾ ਨਹੀਂ ਪਊਗਾ ਇਹਦਾ ਅੱਛਾ ਇਹਦਾ ਰੰਗ ਜਿਹੜਾ ਆ ਉਹ ਯੈਲੋ ਇਸ਼ ਵੀ ਹਨਾ ਜਿਵੇਂ ਹੈਗਾ ਉਵੇਂ ਰਹੂਗਾ ਜੀ ਵੀ ਇਹ ਜਿੱਦਾਂ ਵਾਈਟ ਦੇ ਵਿੱਚ ਸ਼ਾਈਨ ਕਰ ਰਿਹਾ ਉਦਾਂ ਹੋਏਗਾ ਤੇ ਕੁਝ ਇਸ ਡਿਜ਼ਾਈਨ ਦੇ ਵਿੱਚ ਵੀ ਅਵੇਲੇਬਲ ਹੈ ਇਹ ਡਿਜ਼ਾਈਨ ਹੈ ਡਿਜ਼ਾਈਨ ਤੁਸੀਂ ਪਸੰਦ ਕਰ ਸਕਦੇ ਹੋ ਤੇ ਜਿਹੜੀ ਪ੍ਰਾਈਸਿੰਗ ਦੀ ਜਾਣਕਾਰੀ ਹੈ ਉਹ ਤੁਸੀਂ ਸਕਰੀਨਸ਼ਾਟ ਲੈ ਕੇ ਨੰਬਰ ਡਿਸਪਲੇ ਹੈ ਉਹਦੇ ਤੇ ਭੇਜ ਸਕਦੇ ਹੋ ਤੇ ਜਾਣਕਾਰੀ ਜਿਹੜੀ ਆ ਉਹ ਅਵੇਲੇਬਲ
ਤੇ ਬਥੇਰੀ ਜਾਣਕਾਰੀ ਅਗਰ ਤੁਸੀਂ ਲੈਣੀ ਹੈ ਹੋਰ ਚੀਜ਼ ਦੇ ਬਾਰੇ ਤੇ ਉਹ ਨੰਬਰ ਦੇ ਉੱਤੇ ਕਾਲ ਕਰਕੇ ਤੁਸੀਂ ਲੈ ਸਕਦੇ ਹੋ। ਇਸੇ ਤਰੀਕੇ ਦੇ ਨਾਲ ਜੀ ਤੁਸੀਂ ਦ ਮੀਡੀਅਮ ਦੇ ਨਾਲ ਜੁੜੇ ਰਹੋ, ਫਰਨੀਚਰ ਦੇ ਰਿਲੇਟਡ, ਤੁਹਾਡੇ ਘਰ ਦੇ ਇੰਟੀਰੀਅਰ ਦੇ ਰਿਲੇਟਡ ਅਸੀਂ ਵੀਡੀਓਜ਼ ਕਰਦੇ ਰਵਾਂਗੇ। ਬਹੁਤ ਬਹੁਤ ਸ਼ੁਕਰੀਆ, ਧੰਨਵਾਦ।